ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਰਾਮ ਰਾਮ, ਆਦਾਬ, ਗੁੱਡ ਈਵਨਿੰਗ ਜੀ। ਆਪਾਂ ਪੰਜਾਬ ਦੇ ਮੇਲੇ ਬਹੁਤ ਦੇਖੇ ਨੇ, ਅੱਜ ਆਪਾਂ ਹਿਮਾਚਲ ਦਾ ਮੇਲਾ ਦੇਖਾਂਗੇ। ਇਹ ਰਾਣੀ ਬਨੀਖੇਤ ਦੇ ਵਿੱਚ ਮੇਲਾ ਲੱਗਿਆ ਹੋਇਆ ਆ। ਅੱਜ ਆਪਾਂ ਬਨੀਖੇਤ ਦੇ ਵਿੱਚ ਮੇਲਾ ਦੇਖਾਂਗੇ ਜੀ, ਇੰਜੋਏ ਕਰਾਂਗੇ, ਮੇਲੇ ਨੂੰ ਘੁੰਮਦੇ ਹਾਂ ਜੀ, ਦੇਖਦੇ ਹਾਂ ਕਿੱਦਾਂ ਦਾ ਕਲਚਰ ਆ ਇਹ, ਕਿੱਦਾਂ ਇਹ ਮੇਲੇ ਮਨਾਉਂਦੇ ਨੇ। ਆਪਾਂ ਚੱਲਦੇ ਹਾਂ ਜੀ, ਆ ਜਾਓ ਮੇਲਾ ਦੇਖਦੇ ਹਾਂ ਜੀ। ਆਓ, ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ, ਚੈਨਲ ਸਬਸਕ੍ਰਾਈਬ ਕਰ ਦਿਓ, ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਰ ਦਿਓ ਅਤੇ ਕਮੈਂਟ ਕਰਨਾ ਨਾ ਭੁੱਲਿਓ ਜੀ। ਆਓ ਚੱਲੀਏ। ਇਹ ਹੈ ਜੀ ਬਨੀਖੇਤ ਦੀ ਮਾਰਕੀਟ। ਅਗਰ ਤੁਹਾਨੂੰ ਕੋਈ ਚੀਜ਼ ਖਰੀਦਣੀ ਹੋਵੇ ਅਸੀਂ ਇੱਥੋਂ ਲੈ ਸਕਦੇ ਹਾਂ। ਕਾਫੀ ਵੱਡੀ ਮਾਰਕੀਟ ਬਣੀ ਹੋਈ ਹੈ। ਥੱਲੋਂ ਜੀ ਪਾਣੀ ਵਹਿ ਰਿਹਾ, ਉੱਤੇ ਬਣਾਇਆ ਹੋਇਆ ਪੁਲ, ਅਤੇ ਇਹਨੂੰ ਆਪਾਂ ਕ੍ਰੋਸ ਕਰਕੇ ਜਾਂਦੇ ਹਾਂ ਮੇਲੇ ਵੱਲ ਨੂੰ। ਇਹ ਆਪਾਂ ਐਂਟਰ ਹੋ ਗਏ ਜੀ ਮੇਲੇ ਦੇ ਵਿੱਚ। ਇਹ ਸ਼ੁਰੂਆਤ ਦੇ ਵਿੱਚ ਦੁਕਾਨਾਂ ਲੱਗੀਆਂ ਹੋਈਆਂ ਨੇ, ਜਲੇਬੀਆਂ, ਪਕੌੜੇ ਮਿਲ ਰਹੇ ਨੇ, ਆਪਣਾ ਪੰਜਾਬੀ ਵੀਰ ਲੱਗਿਆ ਹੋਇਆ ਬਣਾਉਣ ਜੀ। ਅੱਗੇ ਆ ਖਿਡੌਣਿਆਂ ਦੀਆਂ ਦੁਕਾਨਾਂ ਨੇ, ਬੱਚਿਆਂ ਵਾਸਤੇ ਖਿਡੌਣੇ ਖਰੀਦਣੇ ਹੁਣ ਆਪਾਂ ਉਹ ਖਰੀਦ ਸਕਦੇ ਹਾਂ। ਉਹ ਸਾਹਮਣੇ ਆ ਮੇਲਾ ਜੀ, ਬਾਰਿਸ਼ ਬਹੁਤ ਹੋ ਰਹੀ ਆ, ਤਕਰੀਬਨ 2-3 ਦਿਨ ਹੋ ਗਏ ਬਾਰਿਸ਼ ਹਟ ਨਹੀਂ ਰਹੀ, ਉਹਦੀ ਵਜ੍ਹਾ ਨਾਲ ਥੋੜ੍ਹੀ ਮੇਲੇ ਦੇ ਵਿੱਚ ਦਿੱਕਤ ਜ਼ਰੂਰ ਆ ਰਹੀ ਆ, ਪਰੇਸ਼ਾਨੀ ਆ ਰਹੀ ਹੈ, ਚਿੱਕੜਾ ਹੋ ਜਾਂਦਾ ਨਾ, ਪਰ ਫਿਰ ਵੀ ਲੱਗਿਆ ਹੋਇਆ ਜੀ ਮੇਲਾ। ਲੋਕ ਆ ਰਹੇ ਨੇ, ਇੰਜੋਏ ਕਰ ਰਹੇ ਨੇ, ਆਪਣੇ ਬੱਚਿਆਂ ਨਾਲ ਆ ਰਹੇ ਨੇ ਜੀ। ਚੰਡੋਲ ਅੰਦਰ ਲੱਗੇ ਹੋਏ ਨੇ ਵੱਡੇ ਵੱਡੇ। ਆ ਗੋਲ ਗੱਪੇ ਵੇਚ ਰਿਹਾ ਬੰਦਾ, ਆ ਕੜਾਹੀਆਂ ਖੁਰਚਣੇ ਲੈਣੇ ਹੁਣ, ਕੁਹਾੜੇ, ਦਾਤੀਆਂ ਵੀ ਮਿਲਦੀਆਂ ਨੇ ਉਰੋਂ। ਆ ਵੀ ਟੈਟੂ ਬਣਾਉਂਦਾ ਆ ਉਰੇ, ਜੇ ਕਿਸੇ ਨੇ ਟੈਟੂ ਵਗੈਰਾ ਬਣਾਉਣਾ ਹੋਵੇ ਟੈਟੂ ਬਣਾ ਸਕਦੇ ਹੋ ਤੂੰ। ਚਿੱਕੜ ਦੇਖੋ ਕਿੰਨਾ ਜ਼ਿਆਦਾ ਹੋ ਗਿਆ, ਮੀਂਹ ਪੈਣ ਨਾਲ ਨਾ ਚਿੱਕੜ ਬਹੁਤ ਜ਼ਿਆਦਾ ਹੋ ਗਿਆ, ਉਹਦੇ ਕਰਕੇ ਪਰੇਸ਼ਾਨੀ ਬਹੁਤ ਹੋ ਰਹੀ ਆ। ਜੇ ਕਿਸੇ ਨੇ ਨਾ ਰਾਜਸਥਾਨੀ ਡਿਸ਼ ਖਾਣੀ ਹੋਵੇ ਉਹ ਵੀ ਖਾ ਸਕਦੇ ਹੋ, ਜਾਣੀ ਹਰ ਇੱਕ ਦਾ ਪੂਰਾ ਪੂਰਾ ਖਿਆਲ ਰੱਖਿਆ ਹੋਇਆ ਆ। ਇਹ ਰਾਜਸਥਾਨੀ ਡਿਸ਼ ਆ ਉਰੋਂ ਮਿਲਦੀ, ਜੇ ਕਿਸੇ ਨੇ ਖਾਣੀ ਹੋਵੇ ਖਾ ਸਕਦੇ ਹੋ। ਜੈਨੂਅਲ ਰੇਟ ਨੇ, ਕੋਈ ਜ਼ਿਆਦਾ ਰੇਟ ਨਹੀਂ ਹੈਗੇ ਇਹਨਾਂ ਦੇ, ਖਾ ਸਕਦੇ ਹੋ ਤੁਸੀਂ ਰਾਜਸਥਾਨੀ ਡਿਸ਼ ਜੀ। ਸ਼ੌਪ ਆ ਰਾਜਸਥਾਨ ਵਾਲਿਆਂ ਦੀ, ਇਹ ਵੀ ਵੇਚਦੇ ਨੇ, ਇਹ ਰਾਜਸਥਾਨੀ ਡਿਸ਼ ਇਹਨਾਂ ਦੇ ਕੋਲ ਸਾਰੀਆਂ, ਜਾਣੀ ਰੇਟ ਵੀ ਕੋਈ ਜ਼ਿਆਦਾ ਨਹੀਂ ਹੈਗੇ ਇਹਨਾਂ ਦੇ, ਥੋੜ੍ਹੀ ਰੇਟ ਨੇ, ਜਾਣੀ ਬੰਦਾ ਖਾ ਸਕਦਾ ਖਾਣਾ ਹੋਵੇ। ਸਫਾਈ ਦਾ ਵੀ ਬੰਦੇ ਪੂਰਾ ਧਿਆਨ ਰੱਖਦੇ ਨੇ ਇਹ। ਚੰਡੋਲ ਝੂਟਣਾ, ਚੰਡੋਲ ਵੀ ਝੂਟ ਸਕਦੇ ਹੋ ਤੁਸੀਂ ਜੀ, ਪੂਰੇ ਉੱਚੇ ਉੱਚੇ ਚੰਡੋਲ ਲੱਗੇ ਹੋਏ ਨੇ, ਬੱਚੇ ਪੂਰਾ ਇੰਜੋਏ ਕਰ ਰਹੇ ਨੇ, ਸਾਡਾ ਵੀ ਇਰਾਦਾ ਬਣਦਾ ਦੇਖਦੇ ਹਾਂ। ਇਹ ਲੇਡੀਜ਼ ਨੇਲ ਪੋਲਿਸ਼ ਆ ਜੀ, ਲੇਡੀਜ਼ ਦਾ ਸਮਾਨ ਆ, ਜਾਣੀ ਕੀ ਰੇਟ ਆ ਵੀਰ, ਸਸਤਾ ਹੀ ਆ, ਕੀ ਰੇਟ ਆ ਨਹੀਂ, 30 ਰੁਪਈਏ ਕੋਈ ਵੀ ਆਈਟਮ ਲੈ ਲਓ, 30 ਰੁਪਏ ਦੇ ਵਿੱਚ ਦਿੰਦਾ ਵੀਰ ਇਹ, ਦੇਖੋ ਕਿੰਨੀਆਂ ਆਈਟਮਾਂ ਨੇ ਜੀ, 30 ਰੁਪਏ ਦੇ ਵਿੱਚ ਦਿੰਦਾ ਆ। ਆ ਵੀਰ ਆ ਜੀ, ਬਾਹਰ ਜਿਹੜਾ ਓਪਨ 'ਚ ਮੇਲਾ ਜੀ, ਉਹਦੀ ਹਾਲਤ ਕਾਫੀ ਖਸਤਾ ਹੈ, ਕਾਫੀ ਖਰਾਬ ਹੋਇਆ ਹੋਇਆ, ਪਰ ਜਿਹੜਾ ਇਹ ਸ਼ੈੱਡ ਥੱਲੇ ਲੱਗਿਆ ਹੋਇਆ ਇਹ ਕਾਫੀ ਹੱਦ ਤੱਕ ਠੀਕ ਹੈ। ਆਪਣੇ ਪੰਜਾਬ 'ਚ ਦੇਖ ਲਓ ਗਰਮੀ ਪੈ ਰਹੀ ਹੈ ਅੱਤ ਦੀ, ਅਤੇ ਇੱਥੇ ਹਿਮਾਚਲ ਦੇ ਵਿੱਚ ਕੋਟੀਆਂ ਵਿਕ ਰਹੀਆਂ ਨੇ।
ये मेला हर साल भूरू नाग मेला कमेटी वालों लगाया जाता है। अपने पंजाब के बहुत ज़्यादा पंजाबी इत्थे आके कई तरह दिया स्टॉला लगाते हैं, जिमें कि खाण पीन दिया। मेले विच्चों जी जेकर तुसी फ्लावर दी स्टिक्स ते फ्लावर पॉट खरीदना चाहो तो खरीद सकते हो। इधर साइड ते कपड़े दुकाना ने, इधर बैग्स लगे हुए ने, इधर भी फ्लावर दी दुकाना ने जी। बहुत ही रीजनेबल प्राइस है, तुसी खरीद सकते हो जी। आ बच्चों के खिडौने जी जेकर खरीदने हो तो असी खरीद सकते हो। अच्छी तरीके ने खाते ने घर च लग जाने बहुत है शनि ऐतवार नूं बहुत सारा जाम हुंदा आ ते पर इंजॉय करन दा दिन भी शनिवार ते ऐतवार ही हुंदा, क्योंकि जे लोक होणगे तां ही किसे जगह नूं घुम्मण दा आनंद आउंदा आ। खाली तां कोई जगह घुम्मी भी नहीं जांदी हैगी। इस हिमाचल वाले मेले की वीडियो नूं इत्थे ही करदे आं खत्म जी। आपां फिर मिलांगे किसे नवीं जगह दे उत्ते नवीं वीडियो दे नाल जी। साडे चैनल सबसक्राइब कर लिओ, अगर वीडियो वधिया लगी लाइक कर दिओ ते थले कमेंट करना ना भुल्लिओ जी।